श्री अकाल तख्त साहब वालों बनाए गई कमेटी ने टड्डरियां वाले नूं तीजी बार पेश होने का मौका दिता सी, पर टड्डरियां वाले ने एक बार मुड़ तो पेश होने तो साफ इनकार कर दिता है। कमेटी वालों एक महीने का होर समा देने दे फैसले नूं रणजीत सिंह टड्डरियां वाले ने दबा दी रणनीति करार दिता है। टड्डरियां वाले ने कहा है कि वह कमेटी सामने पेश होने तो नहीं डरते हैं, पर जिस तरह उन्होंने घेरन की रणनीति नाल कमेटी का गठन किया गया उसकी वजह करके वह कमेटी के सामने पेश नहीं हो रहा। तो मैं दीवान की समाप्ति की है तो उस वेले अकाल तख्त साहब तो एक चिट्ठी आई जी मैं पढ़ी है, बाद च पता लग्या तो मैं ये लगता है कि जोड़ा ये रौला पै रहा अकाल तख्त साहब के उत्ते मैं पेश नहीं होया, पांच मैंबरी उन्होंने कमेटी बनाई सी, मैं उन्होंने कमेटी अगे गया नहीं, तो मैं ये लगता है कि ये उसे का ही एक रूप है जोड़ा इन्होंने एक महीने का टाइम देता ते उधरों इन्हां बंदियां नूं भी हल्लाशेरी बैक तो मिली है। उधर अकाल तख्त साहब के जथेदार ज्ञानी हरप्रीत सिंह ने कहा है कि टकसाल अते टड्डरियां वाले दा ए विवाद सिर्फ तां सिर्फ गलबात अते संवाद राही ही हल होवेगा। चंडीगढ़ में एक समागम दौरान बोलदिया अकाल तख्त साहब के कार्यकारी जथेदार यानी हरप्रीत सिंह ने कहा है कि कौम सामने अज के समय में कई मसले हैं जिन्हों के हल वास्ते नौजवान चिंतक विद्वान अगे आउण नवी सोच अते समय के हाणी मिल बैठ के संवाद राही चोणवे नुकते कढ़न अते फिर संगत अते पंथ सामने रखन जिसते आम सिख अपनी सहमति देवे। इस सैमीनार के दौरान जिहड़े विद्वानां वल्लों सुझाव आउणे ने विचार रखे जाने ने ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਵਚਨਬੱਧ ਹੋਵੇ, ਫਿਰ ਅਸੀਂ ਇਹਨਾਂ ਵਿਦਵਾਨਾਂ ਦੇ ਵਿਚਾਰਾਂ ਤੋਂ ਲਾਭ ਲੈ ਸਕਦੇ ਹਾਂ। ਇਸ ਦੌਰਾਨ ਉਹਨਾਂ ਨੇ ਆਪਣੇ ਸੰਖੇਪ ਜਿਹੇ ਭਾਸ਼ਣ ਵਿੱਚ ਸਾਫ਼ ਰੂਪ ਵਿੱਚ ਕਿਹਾ ਕਿ ਸਿੱਖ ਧਰਮ ਅਤੇ ਸਿੱਖ ਪੰਥ ਤੇ ਕਈ ਕਿਸਮ ਦੀ ਮੈਲ ਮਿੱਟੀ ਗਰਦ ਜੰਮ ਚੁੱਕੀ ਹੈ। ਸਮੇਂ ਦੇ ਨਾਲ ਨਾਲ ਧਾਰਮਿਕ ਅਤੇ ਸਮਾਜਿਕ ਮਸਲੇ ਪੈਦਾ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਰਹਿਤ ਮਰਿਆਦਾ, ਨਾਨਕ ਸ਼ਾਹੀ ਕੈਲੰਡਰ, ਮਾਨਸਿਕ ਪ੍ਰਦੂਸ਼ਣ, ਗੰਦਲੀ ਸਿਆਸਤ ਸ਼ਾਮਲ ਹਨ, ਪਰ ਇਹਨਾਂ ਸਾਰਿਆਂ ਦਾ ਬੁੱਧੀਮਾਨਾਂ ਨੇ ਹੱਲ ਕੱਢਣਾ ਹੈ। ਯਾਨੀ ਹਰਪ੍ਰੀਤ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਧਰਮ ਅਤੇ ਇਸ ਦੇ ਕੇਂਦਰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਭੂ ਸੱਤਾ ਸੰਪੰਨ ਹਨ। ਤੇ ਰਹੀ ਗੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ, ਸ੍ਰੀ ਹਰਿਮੰਦਰ ਸਾਹਿਬ ਜੀ ਸਿੱਖ ਦੀ ਜ਼ਿੰਦਗੀ ਹੈ, ਸਿੱਖ ਦੀ ਜਾਨ ਹੈ, ਸਿੱਖ ਦਾ ਦਿਲ ਹੈ, ਸਿੱਖ ਦਾ ਸਭ ਕੁਝ ਹੈ। ਮੈਨੂੰ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਵਿੱਚ ਇਹ ਗੱਲ ਜਿਹੜੀ ਹੈ ਕਿਸੇ ਸਾਜਿਸ਼ ਅਧੀਨ ਬਿਠਾਉਣ ਦਾ ਯਤਨ ਹੋ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਇਹ ਸਿਰਫ ਇਮਾਰਤਾਂ ਨੇ। ਉਹਨਾਂ ਦਾ ਵੱਡਾ ਮਕਸਦ ਹੈ ਟਕਸਾਲ ਅਤੇ ਟੱਡਰੀਆਂ ਵਾਲੇ ਵਿਚਕਾਰ ਚੱਲ ਰਹੇ ਟਕਰਾਅ ਅਤੇ ਗਾਲੀ ਗਲੋਚ ਅਪਸ਼ਬਦਾਂ ਸਮੇਤ ਅੜੀਅਲ ਰਵੱਈਏ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਇਸ ਵਿੱਚ ਦੋਵਾਂ ਧਿਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇੱਕ ਮਹੀਨੇ ਦਾ ਹੋਰ ਸਮਾਂ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਸਾਫ਼ ਕਿਹਾ ਕਿ ਸਿੱਖ ਪ੍ਰਚਾਰਕ ਨੂੰ ਫਿਲਹਾਲ ਪੰਥ ਵਿੱਚੋਂ ਛੇਕਣ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਉਸ ਨੂੰ ਪੰਜ ਮੈਂਬਰੀ ਕਮੇਟੀ ਆਦਿ ਬਣਾਉਣ ਦੀ ਕੋਈ ਅੜੀ ਫੜਨੀ ਚਾਹੀਦੀ ਹੈ। ਸਿਰਫ਼ ਸੰਵਾਦ ਵਿਚਾਰ ਚਰਚਾ ਰਾਹੀਂ ਹੀ ਹੱਲ ਕੱਢਣਾ ਚਾਹੀਦਾ ਹੈ। ਉਹਨਾਂ ਨੂੰ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਦੇ ਸਿਸਟਮ ਦੇ ਵਿੱਚ, ਪ੍ਰਬੰਧ ਦੇ ਸਿਸਟਮ ਦੇ ਵਿੱਚ ਕਮੀ ਹੋ ਸਕਦੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ 'ਚ ਕੋਈ ਕਮੀ ਨਹੀਂ ਹੈ। ਜਿਹਨਾਂ ਨੂੰ ਲੱਗਦਾ ਕਿ ਪ੍ਰਬੰਧ ਦੇ ਸਿਸਟਮ ਦੇ ਵਿੱਚ ਕੋਈ ਕਮੀ ਹੈ ਤੇ ਉਹਨਾਂ ਨੂੰ ਸੁਝਾਅ ਤੇ ਸਹਿਯੋਗ ਦੇਣ ਵਾਸਤੇ ਅੱਗੇ ਆਉਣਾ ਚਾਹੀਦਾ। ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਇਹ ਕਿਸੇ ਨਾਲ ਕਿਹੜਾ ਕੱਢਣ ਵਾਸਤੇ ਨਹੀਂ ਬਣਿਆ ਹੈਗਾ, ਨਾ ਹੀ ਕਿਹੜਾ ਕੱਢੀਆਂ ਜਾ ਸਕਦੀਆਂ। ਇਸ ਕਰਕੇ ਇਹ ਕਹਿਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਨਹੀਂ ਹੋਇਆ ਤਾਂ ਮੇਰਾ ਵਿਰੋਧ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਪਹਿਲਾਂ ਬਹੁਤ ਸਾਰੇ ਨਹੀਂ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਕੀ ਫਰਕ ਪਿਆ? ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਕੋਈ ਫਰਕ ਨਹੀਂ ਪੈਣਾ, ਨਾ ਹੀ ਪਿਆ ਤੇ ਨਾ ਹੀ ਭਵਿੱਖ ਦੇ ਵਿੱਚ ਪੈਣਾ ਹੈਗਾ। ਇਸ ਇਕੱਠ ਵਿੱਚ ਸਿੱਖ ਚਿੰਤਕਾਂ, ਇਤਿਹਾਸਕਾਰਾਂ, ਬੁੱਧੀਜੀਵੀਆਂ, ਸਿੱਖ ਵਿਦਵਾਨਾਂ, ਜਿਨ੍ਹਾਂ ਵਿੱਚ ਕੇਂਦਰੀ ਗੁਰੂ ਸਿੰਘ ਸਭਾ ਦੇ ਗੁਰਪ੍ਰੀਤ ਸਿੰਘ ਅਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ। ਉਧਰ ਰਣਜੀਤ ਸਿੰਘ ਟੱਡਰੀਆਂ ਵਾਲੇ ਨੇ ਇੱਕ ਵਾਰ ਫਿਰ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਸਥਿਤੀ ਤੇ ਕਈ ਸਵਾਲ ਚੁੱਕੇ ਅਤੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਗੰਭੀਰ ਇਲਜ਼ਾਮ ਲਗਾਇਆ। ਉਹਨਾਂ ਨੇ ਕਿਹਾ ਕਿ ਸੰਗਰੂਰ ਵਿੱਚ ਉਹਨਾਂ ਦੇ ਸਮਾਗਮ ਨੂੰ ਰੋਕਣ ਲਈ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜ਼ਿੰਮੇਵਾਰ। ਢਾਂਚਾ ਆ ਇਹ ਜਿਹੜਾ ਪਿੰਡ ਹੈ ਗਦੜਿਆਣੀ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਪਿੰਡ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਪੱਗ ਕਿਹਦੇ ਕੋਲ ਹੈ? ਗੋਬਿੰਦ ਸਿੰਘ ਲੌਂਗੋਵਾਲ ਕੋਲ। ਗੋਬਿੰਦ ਸਿੰਘ ਲੌਂਗੋਵਾਲ ਕੌਣ ਹੈ? SGPC ਪ੍ਰਧਾਨ ਹੈ। ਉਹਨਾਂ ਨੇ ਇੱਥੇ ਟਰਾਈ ਵੀ ਕੀਤੀ ਸੀ ਵੀ ਇਹ ਦੀਵਾਨ ਰੱਦ ਹੋਣ, ਮੈਨੂੰ ਇਹ ਖਬਰ ਮਿਲੀ ਸੀ। ਅਤੇ ਮੇਰਾ ਮੰਨਣਾ ਇਹ ਹੈ ਵੀ ਇਹਦੇ ਪਿੱਛੇ ਵੀ ਜਿਹੜੇ ਉਹਨਾਂ ਨੇ ਵੇਖ ਲਿਆ ਵੀ ਜਥੇਦਾਰਾਂ ਤੱਕ ਆਇਆ ਨਹੀਂ ਅਤੇ ਇੱਕ ਮਹੀਨੇ ਦਾ ਉਧਰੋਂ ਟਾਈਮ ਵਧਾ ਦਿੱਤਾ ਅਤੇ ਉਧਰੋਂ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਧਰ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਪਲਟਵਾਰ ਕੀਤਾ ਹੈ। ਲੌਂਗੋਵਾਲ ਨੇ ਟੱਡਰੀਆਂ ਵਾਲੇ ਦੇ ਇਲਜ਼ਾਮਾਂ ਨੂੰ ਤਰਹੀਣ ਕਰਾਰ ਦਿੱਤਾ। ਲੌਂਗੋਵਾਲ ਨੇ ਟੱਡਰੀਆਂ ਵਾਲੇ ਨੂੰ ਨਸੀਹਤ ਦਿੰਦਿਆਂ ਸਵਾਲ ਪੁੱਛਿਆ ਕਿ ਜੇਕਰ ਉਹ ਸੱਚੇ ਹਨ ਤਾਂ ਉਹ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਏ ਗਏ ਕਮੇਟੀ ਸਾਹਮਣੇ ਪੇਸ਼ ਕਿਉਂ ਨਹੀਂ ਹੋ ਰਹੇ। ਕਮੇਟੀ ਪ੍ਰਧਾਨ ਨੇ ਕਿਹਾ ਹੈ ਕਿ ਟੱਡਰੀਆਂ ਵਾਲੇ ਨੂੰ ਹੰਕਾਰ ਛੱਡ ਕੇ ਕਮੇਟੀ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਾਂ ਮੇਰਾ ਉਹਨਾਂ ਨਾਲ ਨਿੱਜੀ ਕੋਈ ਇਹਦੇ ਨਾਲ ਸੰਬੰਧ ਨਹੀਂ, ਔਰ ਨਾ ਮੈਂ ਇਹਦੇ ਜੋ ਗੁਰਦਿਆਣੀ ਜੋ ਇਹਨਾਂ ਨੇ
दीवान सजाने से उहदे विच मेरा कोई रोल नहीं है, ना मैं किसी प्रशासन उहदे नाल कोई गल कीती है, ना किसी जथेबंदी नाल मेरी गल हुई है। मैं समझदा अजिहे गुरसिख नूं इस तरह के झूठे जिहड़े बेबुनियाद आरोप नहीं लाउणे चाहीदे। जेकर तुहानूं साडा इह उपराला चंगा लगा है तां इस नूं लाइक करो, शेयर करो अते साडे यूट्यूब चैनल नूं सबसक्राइब करो।